ਸ਼ਾਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸ਼ਾਲੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕ। ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਵੱਡੀ ਖਬਰ ਲੈ ਕੇ। ਮੈਂ ਗੱਲ ਕਰਨ ਜਾ ਰਹੀ ਹਾਂ ਜੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜੋ ਅੱਜ ਕੱਲ੍ਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਹੇ ਨੇ, ਯਾਨੀ KS ਮੱਖਣ ਦੀ। KS ਮੱਖਣ ਇਹਨਾਂ ਹੋ ਰਹੇ ਸਤੰਬਰ ਮਹੀਨੇ ਦੇ ਵਿਵਾਦਾਂ ਨੂੰ ਲੈ ਕੇ ਕਾਫ਼ੀ ਜ਼ਿਆਦਾ ਨਿਰਾਸ਼ ਦਿਖਾਈ ਦੇ ਰਹੇ ਨੇ, ਅਤੇ ਉਸ ਤੋਂ ਬਾਅਦ KS ਮੱਖਣ ਨੇ ਕਾਫ਼ੀ ਜ਼ਿਆਦਾ ਵਾਰ ਲਾਈਵ ਹੋ ਕੇ ਕਾਫ਼ੀ ਲੋਕਾਂ ਨੂੰ ਸੁਝਾਅ ਵੀ ਦਿੱਤੇ ਕਿ ਐਵੇਂ ਨਹੀਂ ਕਰਨਾ ਚਾਹੀਦਾ। ਪਰ ਹੁਣ KS ਮੱਖਣ ਨੂੰ ਵੀ ਕਾਫ਼ੀ ਜ਼ਿਆਦਾ ਲੋਕਾਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ, ਪਰ ਹੁਣ KS ਮੱਖਣ ਨੇ ਹਾਰ ਕੇ ਇੱਕ ਇਹੋ ਜਿਹਾ ਕਦਮ ਚੁੱਕਿਆ ਜਿਸ ਤੋਂ ਬਾਅਦ ਸਭ ਹੀ ਹੈਰਾਨ ਹੋ ਗਏ। KS ਮੱਖਣ ਨੇ ਸਿੱਖ ਧਰਮ ਦੇ ਵਿੱਚ ਪਹਿਨਣ ਵਾਲੇ 5 ਕਕਾਰਾਂ ਨੂੰ ਲਾ ਦਿੱਤਾ। ਇਹ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਚੁੱਕੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ KS ਮੱਖਣ ਨੇ ਦੱਸਿਆ ਕਿ ਉਹਨਾਂ ਨੇ ਇਹ ਸਭ ਇਸ ਕਰਕੇ ਕੀਤਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਧਰਮ ਦੇ ਨਾਂ 'ਤੇ ਨਿਰਾਦਰੀ ਹੋ ਰਹੀ ਹੈ। ਮੈਂ ਹੈਰਾਨ ਹਾਂ ਵੀ ਸਿੱਖ ਨੂੰ ਸਿੱਖ ਹੀ ਭੰਡ ਰਿਹਾ। ਜੇ ਮੇਰੇ ਕੋਲ ਗਲਤੀ ਹੋ ਗਈ ਉਹਨੂੰ ਨੱਪ ਲਓ, ਉਹਨੂੰ ਮਾੜਾ ਮੋਟਾ ਮੌਕਾ ਤਾਂ ਦਿਓ। ਲੜਾਈ ਮੇਰੀ ਇੱਕੋ ਹੀ ਆ ਵੀ ਮੌਕਾ ਨਹੀਂ ਅਸੀਂ ਦਿੰਦੇ। ਜਿਹੜੀ ਮੈਂ ਅੰਮ੍ਰਿਤ ਭੰਗ ਕਹਿ ਦਿੱਤਾ, ਕੋਈ ਬੰਦਾ ਮੈਨੂੰ ਸਿੱਖ ਆ ਕੇ ਦੱਸੇ ਵੀ ਜਿਹੜਾ ਅੜ ਕੇ ਕਿਰਪਾਨ ਪਾ ਕੇ ਚਲੇ ਜਾਊਗਾ ਫਲਾਈਟ ਦੇ ਵਿੱਚ, ਕੋਈ ਵੀ ਜਿੱਡਾ ਮਰਜ਼ੀ ਵਿਦਵਾਨ ਆ, ਜਿੱਡਾ ਮਰਜ਼ੀ ਉਹ ਕੋਈ ਗਰਮ ਖਿਆਲੀ ਆ, ਜਿੱਡਾ ਮਰਜ਼ੀ ਕੋਈ ਸਿੱਖੀ ਲਈ ਯੋਗਦਾਨ ਪਾ ਰਿਹਾ, ਕੋਈ ਥਲਾਈ ਕਰ ਸਕਦਾ ਕਿਰਪਾਨ ਪਾ ਕੇ। ਹੁਣ ਆ ਗਿਆ ਮੁੱਦਾ ਆਪਣਾ ਮਾਫ਼ੀ ਦਾ। ਮੈਂ ਮਾਫ਼ੀ ਮੰਗੀ, ਉਹਨੂੰ ਵੀ ਤੂਲ ਦੇ ਰਹੇ ਆ ਕੁਛ ਸੱਜਣ, ਜਿੱਦਾਂ ਅਵਤਾਰ ਸਿੰਘ ਨੇ ਸਟੇਟਮੈਂਟ ਦੇ ਦਿੱਤੀ ਆ ਵੀ ਇਹਨਾਂ ਸਿੱਖ ਬਹੁਤ ਖੁਸ਼ ਹੋਣੇ ਵੀ ਬੜਾ ਇਹ ਸਿੰਘ ਚੜ੍ਹਦੀ ਕਲਾ ਵਾਲਾ ਵੀ ਇਹਨੇ ਬੜੀ ਠੋਕ ਕੇ ਗੱਲ ਕਹੀ ਵੀ ਤੂੰ ਮਾਫ਼ੀਆਂ ਮੰਗਦਾ ਫਿਰਦਾ ਸੀ। ਹੁਣ ਉੱਥੇ ਜੇ ਮੈਂ ਗਲਤੀ ਕੀਤੀ ਮਾਫ਼ੀ ਨਾ ਮੰਗਾਂ, ਉਹ ਵੀ ਪਸੰਦ ਨਹੀਂ ਹੈ, ਫਿਰ ਕਰੀਏ ਜਾਈਏ ਕਿੱਧਰ ਨੂੰ? ਉੱਥੇ ਉਹਨਾਂ ਨੇ ਸਿੰਘਾਂ ਨੇ ਪੁੱਛਿਆ, ਮੈਂ ਇਹ ਥੋੜ੍ਹਾ ਕਹਿੰਦਾ ਵੀ ਉਹਨਾਂ ਨੇ ਮੈਨੂੰ ਪਿਆਰ ਨਾਲ ਆ ਕੇ ਪੁੱਛਿਆ, ਪਰ ਉਹਨਾਂ ਨੇ ਕੋਈ ਗਾਲ ਵੀ ਨਹੀਂ ਮੈਨੂੰ ਕੱਢੀ ਬਈ ਤੂੰ ਬਈ ਆਹ ਬੜਾ ਦਲਪਣਾ ਕਰਦਾ ਵੀ ਬੜਾ ਤੂੰ ਇਹ ਕੰਜਰ ਪਾਓ ਕਰਤਾ। ਉਹਨਾਂ ਨੇ ਮੈਨੂੰ ਆ ਕੇ ਪੁੱਛਿਆ ਵੀ ਮੱਖਣ ਯਾਰ ਤੂੰ ਗੁਰੂ ਦਾ ਸਿੱਖ ਆ, ਸਿੱਖ ਹੋ ਕੇ ਭੇਟਾਂ ਗਾਉਣ ਡਿਆ। ਤੇ ਸਿਰਫ ਇੰਨਾ ਹੀ ਨਹੀਂ, ਗੱਲ ਇੱਥੇ ਹੀ ਨਹੀਂ ਥਮੀ। ਜਦੋਂ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ, ਉਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਕਾਫ਼ੀ ਜ਼ਿਆਦਾ ਨਿਰਾਸ਼ਾ ਦੇਖਣ ਨੂੰ ਮਿਲੀ, ਅਤੇ ਕਾਫ਼ੀ ਜ਼ਿਆਦਾ ਲੋਕਾਂ ਨੇ ਲਾਈਵ ਹੋ ਕੇ KS ਮੱਖਣ ਦੇ ਇਸ ਚੁੱਕੇ ਗਏ ਕਦਮ ਦਾ ਵਿਰੋਧ ਕੀਤਾ। ਜਿਹੜਾ ਕਿ ਇੱਕ KS ਮੱਖਣ ਨੇ ਅੱਜ ਲਾਈਵ ਹੋ ਕੇ ਆਪਣੇ ਕਕਾਰ ਤਿਆਗ ਦਿੱਤੇ। ਮੈਨੂੰ ਇਹ ਚੀਜ਼ ਦੀ KS ਮੱਖਣ ਤੁਹਾਡੇ ਤੋਂ ਉਮੀਦ ਨਹੀਂ ਸੀ। ਜਦੋਂ ਆਪਾਂ KS ਮੱਖਣ ਸਾਹਿਬ ਉਹੋ ਜਿਹੇ ਕੰਮ ਕਰਨੇ ਫਿਰ ਆਪਾਂ ਨੂੰ ਕਹਿਣਾ ਵੀ ਉਹਨਾਂ ਨੇ, ਅਤੇ ਬਾਕੀ ਤੁਸੀਂ ਆਹਨੇ ਕਦੀ ਲਖਵਿੰਦਰ ਗੰਭੀਰ ਨੇ ਕਿਹਾ ਮਾੜੀ ਚੰਗੀਆਂ ਗੱਲਾਂ ਕਿ ਤੁਸੀਂ ਦੱਲੇ ਹੋ ਤੂੰ ਕੰਜਰ ਆ, ਅਤੇ ਜੇਕਰ ਆਪਾਂ ਮਾੜੇ ਚੰਗੇ ਕੰਮ ਕਰਾਂਗੇ ਤਾਂ ਫਿਰ ਆਪਾਂ ਉਹੀ ਖਵਾਵਾਂਗੇ। ਤੁਸੀਂ ਕਹਿ ਰਹੇ ਹੋ ਮੈਨੂੰ ਕਿਸੇ ਨੇ ਪ੍ਰੇਮ ਨਾਲ ਨਹੀਂ ਕਿਹਾ, ਮੈਨੂੰ ਕਿਸੇ ਨੇ ਸਮਝਾਇਆ ਨਹੀਂ, ਕਿਉਂ ਨਹੀਂ ਸਮਝਾਇਆ ਤੁਹਾਨੂੰ ਕਿਸੇ ਨੇ ਪ੍ਰੇਮ ਨਾਲ? ਥਾਂ ਥਾਂ 'ਤੇ ਤਾਂ ਗੁਰੂ ਸਾਹਿਬ ਸਮਝਾ ਰਹੇ ਨੇ। ਜਦੋਂ ਤੁਸੀਂ ਅੰਮ੍ਰਿਤ ਸੰਚਾਰ ਵਾਸਤੇ ਗਏ, ਜਦੋਂ ਤੁਸੀਂ ਅੰਮ੍ਰਿਤ ਛਕਣ ਗਏ, ਉਦੋਂ ਤੁਹਾਨੂੰ ਪੰਜ ਪਿਆਰੇ ਸਾਹਿਬਾਨਾਂ ਨੇ ਕੀ ਕਿਹਾ ਸੀਗਾ? ਕੀ ਤੁਹਾਨੂੰ ਉਦੋਂ ਪੰਜ ਪਿਆਰੇ ਸਾਹਿਬਾਨਾਂ ਨੇ ਰਹਿਤ ਨਹੀਂ ਸੀ ਦੱਸੀ? ਫਿਰ ਤੁਹਾਡਾ ਕੀ ਮਤਲਬ ਸੀ ਇਹ ਕੰਜਰਖਾਨਾ ਕਰਨ ਦਾ? ਕੀ ਤੁਹਾਨੂੰ ਉਦੋਂ ਪੰਜ ਪਿਆਰੇ ਨਹੀਂ ਸੀ ਕਿਹਾ ਵੀ ਕੰਜਰ ਪੁਣਾ ਨਹੀਂ ਕਰਨਾ? ਇਹ ਅਫਸੋਸਨਾਕ ਹੈ, ਇਹ ਕੋਈ ਚੰਗੀ ਗੱਲ ਨਹੀਂ ਉਹਨੇ ਕੀਤੀ, ਇਸ ਗੱਲ ਦੀ ਮੈਂ ਜਿਹੜੀ ਹੈ ਨਿੰਦਿਆ ਕਰਦਾ। ਜੀ ਹਾਂ, ਇਹਨਾਂ ਵੀਡੀਓਜ਼ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੈ ਕਿ KS ਮੱਖਣ ਹੁਣ ਕਾਫ਼ੀ ਜ਼ਿਆਦਾ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ, ਅਤੇ ਸਿਰਫ ਇੰਨਾ ਹੀ ਨਹੀਂ, KS ਮੱਖਣ ਨੂੰ ਸਿੱਖ ਸੰਗਤਾਂ ਵੱਲੋਂ ਕਾਫ਼ੀ ਜ਼ਿਆਦਾ ਗੁੱਸੇ ਦੇ ਨਾਲ ਰਿਪਲਾਈ ਕੀਤੇ ਜਾ ਰਹੇ ਨੇ। ਪਰ ਤੁਹਾਨੂੰ ਕੀ ਲੱਗਦਾ ਕਿ ਵਾਕਈ KS ਮੱਖਣ ਨੇ ਕੋਈ ਗਲਤੀ ਕੀਤੀ ਹੈ? KS ਮੱਖਣ ਦਾ ਸਿਰਫ ਇਹ ਸਮਝਾਉਣ ਦਾ ਤਰੀਕਾ ਸੀ ਕਿ ਧਰਮ ਨੂੰ ਅਸਲੀਅਤ ਦੇ ਵਿੱਚ ਸਮਝੋ, ਧਰਮ ਦੇ ਨਾਮ 'ਤੇ ਸ਼ਾਇਦ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜ਼ਿਆਦਾ ਹੰਗਾਮੇ ਹੋ ਰਹੇ ਨੇ, ਇੱਕ ਦੂਜੇ ਵਿੱਚ ਨਿਰਾਸ਼ਾ ਅਤੇ ਗੁੱਸਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ, ਜਦਕਿ ਧਰਮੀ ਲੋਕਾਂ ਦੇ ਵਿੱਚ ਗੁੱਸਾ ਤਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਪਰ ਪੂਰੇ ਮਾਜਰੇ ਨੂੰ ਦੇਖਦੇ ਤੁਸੀਂ ਆਪਣੇ ਸੁਝਾਵ ਕੀ ਦੇਣਾ ਚਾਹੁੰਦੇ ਹੋ? ਆਪਣੇ ਸੁਝਾਵ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਅਤੇ ਹੁਣ ਮੈਂ ਚੱਲਦੀ ਹਾਂ, ਅਗਲੀ ਵਾਰ ਆਵਾਂਗੀ ਇੱਕ ਨਵੀਂ ਖਬਰ ਦੇ ਨਾਲ, ਅਤੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਡੇਲੀ ਅਪਡੇਟਸ ਦੇ ਲਈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਪ੍ਰੈਸ ਕਰ ਲਓ ਬੈਲ ਆਈਕਨ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ, ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ
चैनल शान पंजाबी, माण पंजाब दा।